ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਬ੍ਰਹਮ ਗਿਆਨੀ ਸੰਤਮਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਜੀਵਨ ਦਰਸ਼ਨਾਂ ਦੇ ਵਿੱਚੋਂ ਉਹਨਾਂ ਦੀਆਂ ਕੁਝ-ਕੁਝ ਵਿਚਾਰਾਂ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਦੇਖੋ ਸੰਤਮਾਪੁਰਖ ਬਾਬਾ ਜੀਤ ਸਿੰਘ ਜੀ ਹੰਸਾਲੀ ਪਾਸ ਜਦੋਂ ਇੰਨੀ ਸੰਗਤ ਆਉਂਦੀ ਸੀ ਉਹਨਾਂ ਟਾਈਮਾਂ ਦੇ ਵਿੱਚ ਤੇ ਮਹਾਂਪੁਰਖ ਕਈ ਵਾਰ ਸੰਗਤ ਦੇ ਜਿਹੜੇ ਕਈ ਖਾਸ ਪ੍ਰੇਮੀ ਹੁੰਦੇ ਸੀ ਉਹਨਾਂ ਦੇ ਨਾਲ ਬੜੇ ਹੀ ਰਹਿਸਮਈ ਬਚਨ ਕਰਦੇ ਹੁੰਦੇ ਸੀ ਇਹਦੇ ਵਿੱਚ ਮਹਾਂਪੁਰਖ ਉਹਨਾਂ ਨੂੰ ਇਹ ਕਹਿੰਦੇ ਹੁੰਦੇ ਸੀ ਕਹਿੰਦੇ ਦੇਖੋ ਭਾਈ ਅਗਰ ਸੰਗਤ ਦੇ ਵਿੱਚ ਤੁਸੀਂ ਆਉਂਦੇ ਆ ਤੇ ਤੁਸੀਂ ਜੋ ਬਚਨ ਸੁਣਦੇ ਆ ਨਾ ਸੰਗਤ ਦੇ ਵਿੱਚ ਉਹ ਦੂਸਰਿਆਂ ਨੂੰ ਸੁਣਾਇਆ ਵੀ ਕਰੋ ਜੋ ਸੰਗਤ ਦੇ ਵਿੱਚ ਪੜ੍ਹਾਈ ਕਰਦੇ ਆ ਭਾਵ ਕੀ ਗੁਰਬਾਣੀ ਪੜ੍ਹਦੇ ਹੋ ਦੂਸਰਿਆਂ ਨੂੰ ਪੜ੍ਹਾਇਆ ਵੀ ਕਰੋ ਇਹ ਦਾਤਕ ਜਿਹੜੇ ਸੀ ਮਹਾਂਪੁਰਖੋ ਬਚਨ ਕਰਦੇ ਹੁੰਦੇ ਸੀ ਇੱਕ ਵਾਰ ਫੇ ਮਾਪੁਰਖ ਜਿਹੜੇ ਸਕੇ ਉਹ ਕਹਿੰਦੇ ਸੀ ਕਹਿੰਦੇ ਦੇਖੋ ਭਾਈ ਬਈ ਇੱਕ ਓੰਕਾਰ ਸਤਨਾਮ ਅਗਰ ਕੋਈ ਇੰਨਾ ਹੀ ਇੱਕ ਮੰਤਰ ਦਾ ਜਪ ਕਰ ਲਵੇ ਨਾ ਕਹਿੰਦੇ ਤਾਂ ਵੀ ਉਹਦਾ ਬੇੜਾ ਪਾਰ ਹੋ ਸਕਦਾ ਹੈਗਾ ਸੋ ਇੱਕ ਵਾਰ ਮਾਪੁਰਖਾਂ ਨੇ ਜੇਕਰ ਸੰਗਤ ਜੀ ਕੀਤਾ ਸੀ ਕਹਿੰਦੇ ਦੇਖੋ ਇੱਕ ਮਾਈ ਸੀਗੇ ਉਹ 20 ਸਾਲ ਤੋਂ ਬਿਮਾਰ ਸੀ ਉਹਨੂੰ ਰਾਮ ਨਹੀਂ ਸੀ ਆਉਂਦਾ ਕਹਿੰਦੇ ਇੱਕ ਵਾਰ ਜਦੋਂ ਉਹ ਇੱਥੇ ਅਨਸਾਲੀ ਗੁਰਦੁਆਰੇ ਸਾਹਿਬ ਆਈ ਸੀ ਉਸ ਟਾਈਮ ਇੱਕ ਸਿੰਘ ਜਿਹੜਾ ਸੀ ਗਰਵਾਣੀ ਪੜ ਰਿਹਾ ਸੀਗਾ ਉਹ ਗਰਬਾਣੀ ਦੀ ਪੰਕਤੀ ਉਹਦੇ ਕੰਨ ਦੇ ਵਿੱਚ ਪੈ ਗਈ ਤੇ ਉਹ ਸਿੰਘ ਪੜ ਰਿਹਾ ਸੀਗਾ ਕਿ ਜਿਸਕੇ ਸਿਰ ਉਪਰ ਤੁਮ ਸਵਾਮੀ ਸੋ ਦੁੱਖ ਕੈਸਾ ਪਾਵੇ ਦੇਖੋ ਕਹਿੰਦੇ ਇਸ ਗਰਬਾਣੀ ਦੀ ਪੰਕਤੀ ਨੂੰ ਉਸ ਬੀਬੀ ਨੇ ਨੋਟ ਕਰ ਲਿਆ ਆਪਣੇ ਹਿਰਦੇ 'ਚ ਧਾਰ ਲਿਆ ਤੇ ਇਹਦਾ ਹੀ ਫਿਰ ਉਹ ਬੀਬੀ ਜਿਹੜੀ ਸੀਗੀ ਉਹ ਸਿਮਰ ਕਰਨ ਲੱਗੀ ਕਿ ਜਿਸਕੇ ਸਿਰ ਉਪਰ ਤੁਮ ਸਵਾਮੀ ਸੋ ਦੁੱਖ ਕੈਸਾ ਪਾਵੇ ਤਵ 20 ਸਾਲਾਂ ਤੋਂ ਜੱਗਾਂ ਦੇ ਇਹ ਬਿਮਾਰੀ ਜਿਹੜੀ ਸੀਗੀ ਉਹ ਪੂਰੀ ਤਰ੍ਹਾਂ ਜੜ ਤੋਂ ਖਤਮ ਹੋ ਗਈ ਸੀ ਜਿਸ ਨੂੰ ਡਾਕਟਰ ਜਵਾਬ ਦੇ ਗਏ ਸੀ ਸੋ ਕਹਿਣ ਦਾ ਪਾਵੇ ਮਹਾਂਪੁਰਖ ਦੱਸਦੇ ਸੀ ਕਿੰਦੇ ਪਾਈ ਗੁਰਬਾਣੀ ਤੋਂ ਵੱਡਾ ਕੋਈ ਨਹੀਂ ਜੋ ਗੁਰਬਾਣੀ ਦਾ ਪ੍ਰਤਾਪ ਹੋਣਾ ਉਹ ਸਭ ਤੋਂ ਵੱਡਾ ਹੈਗਾ ਇੱਥੋਂ ਤੱਕ ਮਹਾਂਪੁਰਖ ਇੰਦੇ ਹੰਦੇ ਸੀ ਕਿ ਹੈ ਕਿ ਅਗਰ ਕੋਈ ਵੀ ਜਿਹੜਾ ਵਿਅਕਤੀ ਆ ਨਾ ਜੇ ਨੂੰ ਗੁਰਮੁਖੀ ਦਾ ਕੋਈ ਵੀ ਅੱਖਰ ਯਾਦ ਨਹੀਂ ਜਾਂ ਬਿਲਕੁਲ ਅਨਪੜ ਹੈਗਾ ਅਗਰ ਉਹ ਇੱਕ ਅੱਖਰ ਵੀ ਬੋਲੇ ਤੇ ਕਿੰਦੇ ਵੀ ਤਾਂ ਵੀ ਉਹਦਾ ਪਾਰ ਉਤਾਰਾ ਹੋ ਸਕਦਾ ਹੈਗਾ ਸੋ ਮਹਾਰਜ ਦੱਸਦੇ ਸੀ ਕਿ ਉਹ ਅੱਖਰ ਹੈ ਗੋਵਿੰਦ ਹੁਣ ਜਿਹੜਾ ਸਾਨੂੰ ਗੋਵਿੰਦ 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 ਇਦਾ ਹੀ ਸਿਮਰਨ ਕਰਦਾ ਹੈਗਾ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਹੈਗਾ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਗੋਵਿੰਦ 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 ਸੰਗ ਨਾਮ ਦਿਓ ਮਨ ਲੀਨਾ ਆਂਡ ਢੱਬ ਕੋ ਛਿਪਰੋ ਹੋਇਓ ਲਖੀਨਾ ਕਿ ਗੋਵਿੰਦ ਦਾ ਨਾਮ ਲੈਂਦੇ ਲੈਂਦੇ ਅੱਧਾ ਕੋਟੀ ਦਾ ਜਿਹੜਾ ਸ਼ੰਭਾ ਹੈਗਾ ਅੱਜ ਇਹ ਕਹਿੰਦੇ ਉਹ ਲੱਖਾਂ ਦਾ ਹੋ ਗਿਆ। ਉਹ ਆਪਕੀ ਨਾਮ ਦੀ ਨਹੀਂ ਮੈਂ ਬਚਤਾਉਂਦੇ ਹੁੰਦੇ ਸੀ। ਸੋ ਅੱਜ ਦਾਸ ਮਹਾਂਪੁਰਖਾਂ ਦੇ ਜੀਵਨ ਪ੍ਰਸੰਗ ਦੇ ਵਿੱਚੋਂ ਇੱਕ ਸਿੰਘ ਦੇ ਨਾਲ ਹੋਈ ਉਹਨਾਂ ਦੀ ਜਿਹੜੀ ਖਾਸ ਘਟਨਾ ਹੈਗੀ ਉਸ ਦਾ ਇੱਕ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਉਹ ਸਿੰਘ ਦੱਸਦੇ ਸੀਗੇ ਕਿੰਦੇ ਵੀ ਅਸੀਂ ਹਨ ਹੰਸਾਲੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਜਾਂਦੇ ਸੀ। ਜਾਂ ਦੇਖੋ ਦਰਸ਼ਨ ਕਰਨਗੇ ਬੜੀ ਤੀਬਰ ਸਾਡੇ ਅੰਦਰ ਇੱਛਾ ਬਣੀ ਕਿ ਅਸੀਂ ਹੰਸਾਲੀ ਪਹੁੰਚ ਕੇ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਆ। ਪਾਰਕਿੰਗ ਦੇ ਵੀ ਜਦੋਂ ਅਸੀਂ ਹਨਾ ਉੱਥੇ ਰੇਲਵੇ ਫਟਕ ਤੇ ਆਏ ਤੇ ਜੱਕਦਮ ਜਿਹੜਾ ਰੇਲਵੇ ਫਟਕ ਸਗਾ ਬੰਦ ਹੋ ਗਿਆ ਤੇ ਜਿਸ ਕਰਕੇ ਸਾਨੂੰ ਰੁਕਣਾ ਪੈ ਗਿਆ ਜਦ ਰੁਕਣਾ ਪੈ ਗਿਆ ਤਾਂ ਹੁਣ ਗੱਡੀ ਕੱਦਣੀ ਕੱਦ ਨਹੀਂ ਆਉਣੀ ਏ ਵੀ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਸਾਡੇ ਸਿਸਟਮ ਦਾ ਹਿਸਾਬ ਕਿਤਾਬ ਵੀ ਕੁਝ ਇਸ ਤਰ੍ਹਾਂ ਦਾ ਹੈਗਾ ਕਿ ਕੋਈ ਕਹਿ ਨਹੀਂ ਸਕਦਾ ਹੈਗਾ। ਕਈ ਵਾਰੀ ਆ ਜਵੇ ਤੇ ਜਲਦੀ ਆ ਜਾਂਦੀ ਹੈ ਤੇ ਕਈ ਵਾਰੀ ਅੱਧਾ ਪੌਣਾ ਘੰਟਾ ਤੋਂ ਵੀ ਜ਼ਿਆਦਾ ਲੇਟ ਹੋ ਜਾਂਦੀ ਆ। ਪਰ ਇੱਕ ਫਾਟਕ ਲਾਉਣ ਵਾਲੀ ਜਿਹੜੇ ਸੱਜਣੋਂ ਫਾਟਕ ਵੀ ਨਹੀਂ ਚੱਕਦੇ ਹੈਗੇ। ਸੋ ਸੱਜਣ ਕਹਿਣ ਲੱਗੇ ਕਿ ਫਾਟਕੇ ਡਿੰਗਣ ਦੇ ਨਾਲ ਮੰਦੇ ਵਿੱਚ ਬੜੀ ਉਤਲ-ਪੁਤਲ ਹੋ ਗਈ। ਕਿ ਅਗਰ ਇਹ ਫਾਟਾ ਖੁੱਲਾ ਹੁੰਦਾ ਤਾਂ ਸਿਮਾਪੁਰਖਾਂ ਦੀ ਪਾਸ ਟਾਈਮ ਨਾ ਪਹੁੰਚ ਜਾਂਦੇ ਤੇ ਪਰ ਹੁਣ ਮਹਾਂਪੁਰਖ ਹੋ ਸਕਦਾ ਕਿਸੇ ਹੋਰ ਪਾਸੇ ਨਿਕਲ ਗਏ ਹੁਣ ਇਸ ਕਰਕੇ ਬੜਾ ਮੁਸ਼ਕਲ ਹੋ ਗਈ ਐ ਇਧਰੋਂ ਦੇਖੋ ਮਹਾਂਪੁਰਖ ਬਾਬਾ ਜੀ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਫਾਟ ਕੱਢਿਆ ਗਿਆ ਸੀਗਾ ਉਸ ਟਾਈਮ ਕਿਸੇ ਦੂਸਰੇ ਸਥਾਨ ਤੇ ਜਾਣ ਵਾਸਤੇ ਤਿਆਰ ਹੋਏ ਸੀਗੇ ਤੇ ਆਪ ਜਿਹੜੇ ਮਹਾਂਪੁਰਖ ਸੀਗੇ ਉਹ ਗੱਡੀ ਵਿੱਚ ਬੈਠ ਕੇ ਜਦ ਗੱਡੀ 'ਚ ਬੈਠ ਕੇ ਜਦੋਂ ਗੱਡੀ ਥਰਨ ਲੱਗੀ ਤੇ ਡਰਾਈਵਰ ਕਹਿਣ ਲੱਗਾ ਜੀ ਹਾਂਜੀ ਮਹਾਂਪੁਰਖੋ ਦੱਸੋ ਚਲਿਏ ਹੁਕਮ ਹੈ ਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਕੋਈ ਕੋਈ ਗੱਲ ਨਹੀਂ ਭਾਈ ਥੋੜਾ ਹੋਰ ਇੰਤਜ਼ਾਰ ਕਰ ਲਈਏ ਜਦ ਕਹਿੰਦੇ ਇੰਨੀ ਗੱਲ ਹੋਈ ਡਰਾਈਵਰ ਵੀ ਸਮਝ ਗਿਆ ਕਿ ਜਿਹੜੇ ਮਹਾਂਪੁਰਖਾਂ ਨੇ ਜਾਣ ਵਾਸਤੇ ਨਾ ਕਰ ਦਿੱਤੀ ਆ ਕੋਈ ਨਾ ਕੋਈ ਪ੍ਰੇਮੀ ਦੀ ਡੀ ਕਰ ਰਹਾ ਕਿਉਂਕਿ ਸੰਗਤਾਂ ਜਿਹੜੀਆਂ ਸੀਗੀਆਂ ਇਸ ਗੱਲ ਨੂੰ ਭਲੇ ਹੀ ਪਾਤ ਜਾਣਦੀਆਂ ਸੀਗੀਆਂ ਕਿ ਅਗਰ ਕਿਸੇ ਸੱਜਣ ਨੇ ਆਉਣਾ ਹੋਵੇ ਤਾਂ ਮਹਾਂਪੁਰਖ ਉਹਦੀ ਅਡੀ ਕਰ ਦਿੰਦੇ ਜਾਂ ਕੋਈ ਹੋਰ ਹੀ ਕੋਤਕ ਵਰਤਨਾ ਹੋਵੇ ਕਹਿੰਦੇ ਅਸੀਂ ਜਾ ਕੇ ਹਨਾ ਕੁਛ ਥੇ ਗੱਡੀ ਰੋਕ ਛੱਡੀ ਜਦੋਂ ਰੋਕ ਛੱਡੀ ਗੱਡੀ ਰੁਕਦਿਆਂ ਰੁਕਦਿਆਂ ਕਹਿੰਦੇ ਫਿਰ ਉਹ ਡਰਾਈਵਰ ਦਾ ਮਨ ਕਾਲਾ ਹੋ ਗਿਆ ਫਿਰ ਉਹ ਬਾਬਾ ਜੀ ਨੂੰ ਕਹਿੰਨੇ ਕਿ ਬਾਬਾ ਜੀ ਹਾਂਜੀ ਹੁਣ ਆ ਗਿਆ ਹੈਗੀ ਹੁਣ ਅਸੀਂ ਚੱਲਨੇ ਆ ਬਾਬਾ ਜੀ ਕਹਿੰਣਗੇ ਕੋਈ ਗੱਲ ਨਹੀਂ ਭਾਈ ਥੋੜਾ ਹੋਰ ਟਾਈਮ ਰੁਕੋ ਇਹਦੇ ਕਰਦੇ ਕਰਦੇ ਡਰਾਈਵਰ ਜਿਹੜਾ ਸੀਗਾ ਮੁੜ ਕੇ ਫੇਰ ਉਹ ਜਿਹੜਾ ਸੀ ਗੱਡੀ 'ਚ ਉਤਰ ਗਿਆ ਤੇ ਉਹਦੇ ਮਨ ਦੇ ਵਿੱਚ ਆਈ ਵੀ ਮਾਹਪੁਰ ਕੱਲੇ ਬੈਠੇ ਆ ਤੇ ਸਾਰੀ ਸੰਗਤ ਜਿਹੜੀ ਹੈ ਛੱਡਣ ਨਾਲ ਉਹ ਵੀ ਖੜੀ ਆ ਕੋਈ ਮਿੰਡ ਵਾਲਾ ਵੀ ਨਹੀਂ ਦਿਖਦਾ ਹੈਗਾ ਤੇ ਮਾਹਪੁਰ ਕਹਿੰਦੇ ਵੀ ਚਲੋ ਭਾਈ ਰੁਕ ਜਾਓ ਰੁਕ ਜਾਓ ਉਸ ਤੋਂ ਬਾਅਦ ਦੱਸਦੇ ਆ ਕਿ ਉਧਰੋਂ ਗੱਡੀ ਦਾ ਫਟਕ ਜਿਹੜਾ ਸੀਗਾ ਉਹ ਚੱਕ ਹੋ ਗਿਆ ਤੇ ਉਹ ਸਿੰਘ ਦੱਸਦੇ ਸੀਗੇ ਕਿ ਅਸੀਂ ਮਾਹਪੁਰਖਾਂ ਦੇ ਪਾਸ ਜਿਹੜੀ ਸੀ ਬੜੀ ਜਲਦੀ ਨਾ ਪਹੁੰਚੇ ਜਦ ਪਹੁੰਚੇ ਤਾਂ ਆ ਕੇ ਅਸੀਂ ਮਾਹਪੁਰਖਾਂ ਨੂੰ ਮੱਥਾ ਟੇਕਿਆ ਤੇ ਜਿਹੜੇ ਸੀ ਮਾਹਪੁਰਖ ਸਾਡੇ ਵੱਲ ਦੇਖ ਕੇ ਹਾਸੇ ਵਿੱਚ ਬੜੇ ਪਰਸੰਨ ਹੋਏ ਤੇ ਸਾਨੂੰ ਦੇਖਦੇ ਸਾਰੀ ਕਹਿਣ ਕਿ ਕੀ ਗੱਲ ਹੋਈ ਗੱਡੀ ਤਾਂ ਫਟਕ ਬੰਦ ਹੋ ਗਿਆ ਸੀ ਕਹਿੰਦੇ ਇੰਨੀ ਗੱਲ ਹੋਈ ਤਾਂ ਅਸੀਂ ਜਿਹੜੇ ਸੀ ਮਾਹਪੁਰਖ ਆ ਕੇ ਆਣ ਕਿਹਾ ਹਾਂਜੀ ਜੀ ਸਾਡੀ ਗੱਡੀ ਤੇ ਫਟਕ ਤੇ ਖੜੇ ਸੀ ਜਦੋਂ ਮੋਕੇ ਤੇ ਬਿਲਕੁਲ ਫਟਕ ਡਿੱਗ ਗਿਆ ਸੀਗਾ ਦੇਖੋ ਕਿੰਨੇ ਸਾਡੇ ਮਨ ਚ ਆਈ ਵੀ ਦੇਖੋ ਫਟਕ ਤੇ ਗੱਡੀ ਤਾਂ ਡਿੱਗਿਆ ਪਰ ਇਥੋਂ ਮਾਹਪੁਰਖ ਦੇਖੋ ਗੱਡੀ 'ਚ ਬੈਠੇ ਸਭ ਕੋ ਜਾਣਦੇ ਹੈ ਕਿ ਗੱਡੀ ਦਾ ਫਟਕਾ ਥੱਲੇ ਲੱਗ ਗਿਆ ਸੀ ਜਿਸ ਕਰਕੇ ਪ੍ਰੇਮੀ ਲੇਟ ਹੋ ਗਿਆ ਫਿਰ ਕਿੰਨੇ ਜਿਹੜੇ ਨਾਲ ਦੀ ਸੰਗਤ ਸੀ ਨਾ ਇਹਨਾਂ ਨੂੰ ਸਾਨੂੰ ਕਹਿਣ ਲੱਗੇ ਕਿ ਮਾਹਪੁਰਖ ਤਾਂ ਬਹੁਤ ਢੇਰ ਤੋਂ ਆਪ ਜੀ ਨੂੰ ਉਡੀਕਦੇ ਆ ਤੇ ਫਿਰ ਉਹ ਡਰਾਈਵਰ ਸਾਹਿਬ ਨੇ ਦੱਸਿਆ ਸੀ ਕਿ ਜਦੋਂ ਵੀ ਅਸੀਂ ਗੱਡੀ ਨੂੰ ਚਲਾਉਣ ਵਾਸਤੇ ਮਹਾਂਪੁਰਖਾਂ ਤੋਂ ਇਜਾਜ਼ਤ ਮੰਗਦੇ ਸੀ ਤੇ ਬਾਬਾ ਜੀ ਕਹਿੰਦੇ ਵੀ ਠਹਿਰੋ ਭਾਈ ਠਹਿਰੋ ਥੋੜਾ ਹੋਰ ਇਹ ਇੰਤਜ਼ਾਰ ਕਰ ਲੈਂਦੇ ਆ ਇਸ ਤਰ੍ਹਾਂ ਕਹਿੰਦੇ ਫਿਰ ਸਾਡੇ ਮਨ 'ਚ ਸੀਗਾ ਵੀ ਪਤਾ ਨਹੀਂ ਕਿੰਨੇ ਆਉਣਾ ਹੈਗਾ ਤੇ ਇਸ ਕਰਕੇ ਕਹਿੰਦੇ ਵੀ ਮਹਾਂਪੁਰਖ ਤੁਹਾਨੂੰ ਹੀ ਢੀਕਦੇ ਸੀ ਉਸ ਤੋਂ ਬਾਅਦ ਕਹਿੰਦੇ ਵੀ ਸਾਡੇ ਅੰਦਰ ਹਨ ਬੜਾ ਸ਼ੁਕਰੀਏ ਦੀ ਪੁਕਾਰ ਜਿਹੜੀ ਸੀ ਮਹਾਂਪੁਰਖਾਂ ਦੇ ਚਰਨਾਂ ਵਿੱਚ ਨਿਕਲੀ ਕਿ ਦੇਖੋ ਬਾਬਾ ਜੀ ਨੇ ਕਿਤੇ ਜ਼ਰੂਰੀ ਕੰਮ ਜਾਣਾ ਹੁੰਦਾ ਹੈ ਪਹਿ ਸਾਡੇ ਕਰਕੇ ਹੀ ਬੱਬਾ ਜੀ ਜਿਹੜੇ ਸੀਗੇ ਉਹ ਕਈ ਟਾਈਮ ਗੱਡੀ ਰੁਕ ਇੰਤਜ਼ਾਰ ਕਰਦੇ ਰਹੇ ਆ ਉਸ ਤੋਂ ਬਾਅਦ ਕਿਨੇ ਫਿਰ ਮਹਾਂਪੁਰਕ ਸਾਨੂੰ ਕਹਿਣ ਲੱਗੇ ਕੰਡੇ ਭਾਈ ਤੁਸੀਂ ਇਸ ਤਰ੍ਹਾਂ ਕਰੋ ਹਜੂਰ ਸਾਹਿਬ ਜਾਓ ਹਜੂਰ ਸਾਹਿਬ ਜਾ ਕੇ ਹਨਾ ਉਹ ਉੱਥੇ ਸ੍ਰੀ ਹਜੂਰ ਸਾਹਿਬ ਤਖਤ ਤੇ ਜਾ ਕੇ ਤੁਸੀਂ ਹਨਾ ਕਥਾ ਕਰਨੀ ਆ ਜਦੋਂ ਕਿ ਇੰਨੇ ਕਾਲੀ ਉਹ ਸੱਜਣ ਕਹਿਣ ਲੱਗੇ ਕਿ ਮੈਂ ਮਾਹ ਪੁਰਖਾਂ ਦੇ ਬਚਨ ਸੁਣਦੇ ਸਾਰੀ ਸੁਣ ਹੋ ਗਿਆ ਮੇਰੇ ਮਨ ਵਿੱਚ ਆਇਆ ਕਿ ਮੈਂ ਐਡਾ ਵੱਡਾ ਤ ਕੋਈ ਕਥਾ ਬਾਤ ਚ ਕੀ ਨਹੀਂ ਗਾਵ ਵੀ ਥੋੜੀ ਬੋਦੀ ਗਲਤ ਕਰ ਲੈਣਾ ਹੈਗਾ ਪਰ ਖਾਸ ਕਰਕੇ ਤਖਤ ਦੇ ਉੱਤੇ ਕਥਾ ਕਰਨੀ ਉਹ ਵੀ ਹਜ਼ੂਰ ਸਾਹਿਬ ਵਰਗੇ ਵੱਡੇ ਮੇਨ ਤਖਤਾਂ ਤੇ ਕਥਾ ਕਰਨੀ ਹੈਗੀ ਆ ਇਹ ਤੁਹਾਨੂੰ ਲੱਗਦਾ ਹੈਗਾ ਕਿ ਮੇਰੇ ਵੱਸੋਂ ਬਾਹਰੀ ਗੱਲ ਹੈ ਪਰ ਹੁਣ ਮਹਾਪੁਰਖਾਂ ਨੇ ਹੁਕਮ ਕਰਦਾ ਕਿ ਤੁਸੀਂ ਹਜੂਰ ਸਾਹਿਬ ਜਾ ਕੇ ਤਖਤ ਤੇ ਕਥਾ ਕਰਨੀ ਆ ਫਿਰ ਕਹਿੰਦੇ ਵੀ ਮੈਂ ਆਪਣੇ ਮਨ ਦਾ ਜਿਹੜਾ ਬਲਬਲਾ ਮਹਾਪੁਰਖਾਂ ਦੇ ਅੱਗੇ ਪੇਸ਼ ਕਰ ਦਿੱਤਾ ਮੈਂ ਕਿਹਾ ਮਹਾਪੁਰਖੋ ਮੈਂ ਦੱਸਰ ਗੱਲ ਇਹ ਆ ਕਿ ਦੇਖੋ ਜਿਹੜੇ ਤਖਤ ਦੇ ਉੱਤੇ ਕਥਾ ਕਰਨ ਵਾਲੇ ਉਹ ਤਾਂ ਵੱਡੇ-ਵੱਡੇ ਜਿਹੜੇ ਕਥਾਕਾਰ ਹੁੰਦੇ ਆ ਮੈਂ ਤਾਂ ਇੱਕ ਤੋਸ਼ ਆਦਮੀ ਹੈਗਾ ਤੇ ਮੈਨੂੰ ਤਾਂ ਉੱਥੇ ਜਾਣ ਦਾ ਵੀ ਕੋਈ ਨਹੀਂ ਮੈਨੂੰ ਤਖਤ ਤੇ ਕਥਾ ਕਰਨ ਦਾ ਟਾਈਮ ਕੌਣ ਦੇਊਗਾ ਮੈਨੂੰ ਲੱਗਦਾ ਹੈਗਾ ਕਿ ਮੈਨੂੰ ਤਾਂ ਉੱਥੇ ਕੋਈ ਪੁੱਛੂਗਾ ਵੀ ਨਹੀਂ ਹੈ ਜਦ ਇੰਨੀ ਗੱਲ ਹੋਈ ਕਿ ਨੇ ਬਾਬਾ ਜੀ ਅੱਛੜੇ ਥੋੜੇ ਮੁਸਕਰਾਏ ਤੇ ਕਹਿੰਦੇ ਮੈਨੂੰ ਕਹਿੰਣ ਲੱਗੇ ਕਹਿੰਦੇ ਕੋਈ ਗੱਲ ਨਹੀਂ ਭਾਈ ਕੱਲ ਕੀ ਧਰਮ ਮਹਾਰਾਜ ਆਪੇ ਤੇਰਾ ਕਾਰਜ ਸਵਾਰਨਗੇ ਕਿੰਨੇ ਜਦ ਇੰਨੀ ਗੱਲ ਹੋਈ ਫਿਰ ਕਹਿੰਦੇ ਅਸੀਂ ਚੁੱਪ ਕਰ ਗਏ ਤੇ ਇਧਰੋਂ ਕਹਿੰਦੇ ਜਿਹੜੇ ਮਹਾਪੁਰਖ ਸੀਗੇ ਉਹ ਗੱਡੀ 'ਚ ਬੈਠ ਕੇ ਕਹਿੰਦੇ ਫਿਰ ਉੱਥੋਂ ਚਲੇ ਗਏ ਉਹ ਸਜਣ ਰਸਦੇ ਫਿਰ ਅਸੀਂ ਆਪਣੇ ਹਨ ਪਿੰਡ ਆ ਗਏ ਜਦੋਂ ਪਿੰਡ ਆਏ ਕਹਿੰਦੇ ਮੈਂ ਦੋ ਚੌ ਸਿੰਘਾਂ ਦੇ ਨਾਲ ਜਿਹੜੇ ਮੇਰੇ ਖਾਸ ਕਰੀਬੀ ਸੀਗੇ ਮਾੜਾ ਨਾਲ ਗੱਲ ਕੀਤੀ ਕਿ ਬੱਬਾ ਜੀ ਨੇ ਸਾਨੂੰ ਇਹ ਆਖਿਆ ਕਿ ਤੁਸੀਂ ਹਜ਼ੂਰ ਸਾਹਿਬ ਜਾ ਕੇ ਮੇਨ ਤਖਤ ਦੇ ਉੱਤੇ ਹਨ ਕਥਾ ਕਰਨੀ ਹੈਗੀ। ਜਦ ਕਹਿੰਦੇ ਇੰਨੀ ਗੱਲ ਹੋਈ ਮੇਰੇ ਨਾਲ ਦੇ ਪ੍ਰੇਮੀ ਕਹਿਣ ਲੱਗੇ ਵੀ ਜੇ ਤੁਸੀਂ ਕਥਾ ਕਰਨੀ ਹੈ ਤਾਂ ਬੱਬਾ ਜੀ ਦਾ ਹੁਕਮ ਹੈਗਾ ਤੇ ਫਿਰ ਅਸੀਂ ਵੀ ਤੇਰੇ ਨਾਲ ਚਲਾਂਗੇ। ਕਹਿੰਦੇ ਪਰ ਮੈਂ ਉਹਨੂੰ ਕਹਿਤਾ ਕਿ ਮੈਨੂੰ ਤਾਂ ਉੱਥੇ ਕੋਈ ਜਾਣਦਾ ਵੀ ਨਹੀਂਗਾ ਹਜੂਰ ਸਾਹਿਬ ਤੇ ਮੈਨੂੰ ਕਥਾ ਦਾ ਟਾਈਮ ਕੌਣ ਦਊਗਾ ਫਿਰ ਕਹਿੰਦੇ ਉਹ ਕਹਿਣ ਲੱਗੇ ਵੀ ਜੋ ਇਹ ਤਾਂ ਬਾਬਾ ਜੀ ਦਾ ਹੁਕਮ ਹੈਗਾ ਹੁਣ ਸੰਤ ਮਹਾਂਪੁਰਖ ਬਾਬਾ ਜੀ ਸਿੰਘ ਜੀ ਹਸਾਲੀ ਵਾਲੇ ਜਨਨ ਜਾਂ ਕੱਲ ਕੀ ਤੁਹਾਡੇ ਪਿਤਾ ਜੀ ਜਾਣਨ ਸਾਨੂੰ ਇਹਦੇ ਬਾਰੇ ਕੀ ਹੈਗਾ ਅਸੀਂ ਤਾਂ ਕੁਝ ਨਹੀਂ ਜਾਣਦੇ ਫਿਰ ਉਹ ਸੱਜਣ ਕਹਿਣ ਲੱਗੇ ਕਿ ਮੈਂ ਚਾਰ ਪੰਜ ਸਿੰਘ ਜਿਹੜੇ ਮੇਰੇ ਨਾਲ ਦੇ ਕਰੀਬੀ ਸੀ ਅਸੀਂ ਕਹਿੰਦੇ ਟ੍ਰੇਨ ਫੜੀ ਤੇ ਹਜੂਰ ਸਾਹਿਬ ਪਹੁੰਚ ਗਏ ਜਦੋਂ ਕਹਿੰਦੇ ਹਜੂਰ ਸਾਹਿਬ ਪਹੁੰਚੇ ਹਜੂਰ ਸਾਹਿਬ ਪਹੁੰਚ ਗਏ ਕਹਿੰਦੇ ਅਸੀਂ ਦੂਰੋਂ ਗੁਰਦੁਆਰਾ ਸੇ ਸਭ ਦੇਖਦੇ ਸਾਰੀ ਪਹਿਲਾਂ ਤਾਂ ਕੱਲ੍ਹ ਕੀ ਧੰਨਵਾਰ ਦੇ ਚਾਨਾਂ ਚ ਡੰਡੌਤ ਬੰਦਨਾ ਕੀਤੀ ਅਰਦਾਸ ਬੇਨਤੀ ਕੀਤੀ ਸ਼ੁਕਰੀਆ ਕੀਤਾ ਕਿ ਸੱਚੇ ਪਾਤਸ਼ਾਹ ਕਿ ਤੂੰ ਸਾਨੂੰ ਪੰਜਾਬ ਤੋਂ ਇੱਡੀ ਦੂਰ ਬੁਲਾ ਕੇ ਆਪਣੇ ਦਰਸ਼ਨ ਦਾ ਸੁਭਾਗ ਬਖਸ਼ਿਆ ਹੈਗਾ ਕਹਿੰਦੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਥੋੜਾ ਇਸ਼ਨਾਨ ਪਾਣੀ ਕਰਕੇ ਜਾ ਮਹਿਨਤ ਅਕਸਰ ਹਜੂਰ ਸਾਹਿਬ ਜੀ ਦੇ ਮੱਥਾ ਟੇਕਣ ਗਏ ਤੇ ਕਹਿੰਦੇ ਐਤਨ ਚ ਜੇ ਤੁਸੀਂ ਗੁਰਦਾਰੇ ਪਹੁੰਚੇ ਆ ਤੇ ਉੱਥੇ ਦੇ ਜਿਹੜੇ ਮੇਨ ਜਥੇਦਾਰ ਸਾਹਿਬ ਆ ਕਹਿੰਦੇ ਉਹਨਾਂ ਦੀ ਜਿਹੜੀ ਨਜ਼ਰ ਸੀ ਕਿ ਸਿੱਧੀ ਸਾਡੇ ਤੇ ਆ ਕੇ ਟਿੱਗ ਗਈ ਜਦੋਂ ਕਹਿੰਦੇ ਸਾਡੇ ਤੇ ਆ ਕੇ ਟਿੱਗ ਗਈ ਤੇ ਕਹਿੰਦੇ ਮੈਨੂੰ ਕਹਿਣ ਲੱਗੇ ਹਾਂ ਪ੍ਰੇਮੀਆ ਕਿੱਥੋਂ ਆਇਆ ਪੰਜਾਬ ਤੋਂ ਕਹਿੰਨੇ ਮੈਂ ਕਿਹਾ ਹਾਂਜੀ ਪੰਜਾਬ ਤੋਂ ਆਇਆ ਕਹਿੰਦੇ ਕਿੰਨੇ ਦਿਨ ਤੁਸੀਂ ਹਜੂਰ ਸਾਹਿਬ ਰੁਕੂਗੇ ਤੇ ਉਸਾਂ ਨੇ ਕਹਿਣ ਲੱਗੇ ਜੀ ਅਸੀਂ ਆ ਘਟੂ ਘਟ ਇੱਕ ਹਫਤਾ ਤਾਂ ਅਸੀਂ ਜ਼ਰੂਰ ਇੱਥੇ ਰੁਕਾਂਗੇ ਜਾਦੇ ਕਹਿੰਦੇ ਇੰਨੀ ਗੱਲ ਹੋਈ ਤਾਂ ਸੈਨ ਕਹਿਣ ਲੱਗੇ ਚਲੋ ਠੀਕ ਆ ਜਿੰਨਾ ਟਾਈਮ ਵੀ ਤੁਸੀਂ ਰੁਕਣਾ ਹਨ ਤੇ ਅੱਜ ਤੋਂ ਬਾਅਦ ਤੁਸੀਂ ਇਸ ਤਖਤ ਦੇ ਉੱਤੇ ਉਹਨੇ ਦਿਨ ਹੀ ਕਥਾ ਕਰਕੇ ਸੰਗਤ ਨੂੰ ਸਰਵਣ ਕਰਾਉਣੀ ਆ ਕਹਿੰਦੇ ਜਦੋਂ ਇਹ ਗੱਲ ਹੋਈ ਸੀ ਉਸ ਤੋਂ ਬਾਅਦ ਕਿੰਦੇ ਸਾਡੇ ਰੌਂਗ ਤੇ ਖੜੇ ਹੋ ਗਏ ਕਹਿੰਦੇ ਅਸੀਂ ਹੱਕੇ ਬੱਕੇ ਹੋ ਗਏ ਕਿ ਮਾਪੁਰਖ ਨੇ ਤੇ ਉੱਥੇ ਹੰਸਾੜੀ ਜਿਹੜਾ ਸੀ ਇਹ ਵਜਨ ਕੀਤਾ ਸੀਗਾ ਕਿ ਤੁਸੀਂ ਹਜ਼ੂਰ ਸਭ ਜਾ ਕੇ ਕਥਾ ਕਰਨੀ ਆ ਪਰ ਇੱਥੇ ਮੈਨੂੰ ਕੋਈ ਜਾਣਦਾ ਨਹੀਂ ਕਿਵੇਂ ਧਾਰ ਖੜਕੇ ਕਿਵੇਂ ਕਲਗੀਧਰ ਮਹਾਰਾਜ ਨੇ ਮੇਨ ਜਥੇਦਾਰ ਦੇ ਅੰਦਰੋਂ ਜਿਹੜੀ ਸੀਗੀ ਕਹਿੰਦੇ ਵੀ ਸਾਡੀ ਰਮਜ ਨੂੰ ਪਛਾਣਦੇ ਹੋਏ ਕਹਿੰਦੇ ਸਾਨੂੰ ਕਥਕ ਕਰਨ ਦੀ ਸੇਵਾ ਬਖਸ਼ ਦਿੱਤੀ ਸੀ ਕਹਿੰਦੇ ਦੇਖ ਕੇ ਅਸੀਂ 당ਗ ਰਹਿ ਗਏ ਹੋਰ ਕਹਿੰਦੇ ਫੇ ਅਸੀਂ ਹਣਾ ਬਾਬਾ ਅਜੀਤ ਸਿੰਘ ਸੰਸਾਰੀ ਬਾਹਲੇ ਦਾ ਧਿਆਨ ਧਰ ਕੇ ਕਹਿੰਦੇ ਉਹਨਾਂ ਦਾ ਉਹਨਾਂ ਦੇ ਕਹਿੰਦੇ ਚਰਨਾਂ ਦੇ ਨਾਲ ਜੁੜ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਤੇਰੀਆਂ ਤੂੰ ਜਾਣਦਾ ਹੈਗਾ ਇਸੇ ਕਰਕੇ ਕਹਿੰਦੇ ਗੁਰਬਾਣੀ ਵਿੱਚ ਆਖਿਆ ਹੈ ਕਿ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਕਿਉਂਕਿ ਬ੍ਰਹਮ ਗਿਆਨੀ ਨੂੰ ਵੱਡੇ ਵੱਡੇ ਜਿਹੜੇ ਦੇਵੀ ਦੇਵਤੇ ਆ ਉਹ ਵੀ ਦਰਸ਼ਨਾਂ ਵਾਸਤੇ ਲੋਚਦੇ ਰਹਿੰਦੇ ਆ ਕਿਉਂਕਿ ਬ੍ਰਹਮ ਗਿਆਨੀ ਜਿਹੜਾ ਉਹ ਆਪ ਪਰਮੇਸ਼ਰ ਹੈ ਕਸਤੋਂ ਬਾਬਾ ਸਿੰਘ ਦਾ ਹੱਦਿਆ ਕਿ ਅਸੀਂ ਜਿੰਨੇ ਦਿਨ ਵੀ ਉੱਥੇ ਰਹੇ ਹਾਂ ਰਜਾਨਾ ਜਿਹੜੀ ਕਥਾ ਸ੍ਰੀ ਤਖਤ ਸਭ ਤੇ ਕਰਕੇ ਸੰਗਤਾਂ ਨੂੰ ਕਹਿੰਦੇ ਸਰਬਣ ਕਰਾਉਂਦੇ ਰਹੇ ਹਾਂ ਤੇ ਕਹਿੰਦੇ ਵੀ ਇਹ ਜਿਹੜੀ ਸੇਵਾ ਸੀ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਭਾਗ ਸੀਗਾ ਕਿ ਐਡੇ ਵੱਡੇ ਤਖਤ ਤੇ ਕਥਾ ਕਰਕੇ ਸੰਗਤਾਂ ਨੂੰ ਸਰਬਣ ਕਰਾਉਣੀ ਇੱਕ ਕੇਵਲ ਦੇ ਕੇਵਲ ਬਾਬਾਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਪ੍ਰਤਾਪ ਸਦਕੇ ਹੋਈ ਆ ਇਹ ਸਭ ਬਾਬਾਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਕਿਰਪਾ ਦ੍ਰਿਸ਼ਟੀ ਦੇ ਕਾਰਨ ਹੀ ਸਭ ਕੋ ਜਿਹੜਾ ਹਨਾ ਉਹ ਸੰਭਵ ਹੋ ਸਕਿਆ ਹੈਗਾ ਇਹ ਤਾਂ ਹੁਣ ਮਹਾਪੁਰਖਾਂ ਨਾ ਮਹਾਪੁਰਖੀ ਜਾਣ ਸਕਦੇ ਐ ਇਸੇ ਕਰਕੇ ਗਰਵਾਣੀ ਜਿਹੜੀ ਉਹ ਆ ਇਹ ਆਖਦੀ ਆ ਕਿ ਸਾਧਕੀ ਮੇਮ ਬੇਦਰ ਨ ਜਾਣੇ ਜੇ ਤਾਂ ਸੁਣੇ ਤਿੱਥਾ ਬਖਿਆ ਨੇ ਇਸੇ ਕਰਕੇ ਪਾਈ ਜਿਹੜੀਆਂ ਸੰਗਤਾਂ ਨੇ ਬਾਬਾ ਜੀ ਸਿੰਘ ਜੀ ਅੰਸਾਲੀ ਵਾਲੇ ਬ੍ਰह्म ਪੁਰਖ ਮਹਾਪੁਰਖਾਂ ਦੀ ਜ਼ਿੰਦਗੀ ਵਿੱਚ ਦਰਸ਼ਨ ਨਹੀਂ ਕੀਤੇ ਪਰ ਅੱਜ ਉਹਨਾਂ ਦੇ ਜੀਵਨ ਦਰਸ਼ਨਾਂ ਦੇ ਵਿੱਚ ਜਦੋਂ ਅਸੀਂ ਉਹਨਾਂ ਦੇ ਜੀਵਨ ਦੇ ਦਰਸ਼ਨ ਕਰਦੇ ਆ ਤੇ ਇੱਕ ਨਹੀਂ ਅੱਜ ਲੱਖਾਂ ਜਿਹੜੀਆਂ ਸੰਗਤਾਂ ਹਨ ਉਹ ਮਨ ਦੇ ਵਿੱਚ ਪਛੋਤਾਵਾ ਕਰਦੀਆਂ ਕਿ ਅਗਰ ਅਸੀਂ ਜ਼ਿੰਦਗੀ ਵਿੱਚ ਇਹੋ ਜਿਹੇ ਮਹਾਪੁਰਖਾਂ ਦੇ ਦਰਸ਼ਨ ਕੀਤੇ ਹੁੰਦੇ ਤਾਂ ਅੱਜ ਸਾਡੀ ਜਿਹੜੀ ਜ਼ਿੰਦਗੀ ਸੀਗੀ ਹਨ ਉਹ ਦੁੱਖਾਂ ਕਲੇਸ਼ਾਂ ਚੋਂ ਨਿਕਲ ਕੇ ਇੱਕ ਬਹੁਤ ਹੀ ਸਹਿਜ ਸ਼ਾਂਤ ਤੇ ਆਨੰਦ ਭਰੀ ਵਾਤਾਵਰਣ ਦੇ ਵਿੱਚ ਐਸੀ ਰਚ ਜਾਣੀ ਸੀਗੀ ਕਿ ਜੈਸ ਨੂੰ ਜਿਹੜੇ ਦੇਵੀ ਦੇਵਤੇ ਰਿਸ਼ੀ ਮੂਨੀ ਉਹ ਵੀ ਤਰਸਦੇ ਆ ਸੋ ਐਸੇ ਸੀਗੇ ਬ੍ਰਹਮਗਿਆਨੀ ਮਹੰਮਪੁਰ ਕੋ ਸੰਤ ਬੱਬਾ ਜੀ ਸਿੰਘ ਜੀ ਹੰਸਾਲੀ ਵਾਲੇ ਸੋ ਦਾਸ ਇੰਨੀ ਹੀ ਬੇਨਤੀਆਂ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਚਕਵਾ ਜੀ ਹੋਈਆਂ ਵਿਅੰਤ ਭੁੱਲਣ ਚੁੱਕਾਂ ਦੀ ਖੇਮਾ ਬਖਸ਼ਣੀ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ